ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਅਸੀਂ ਉਪਾਚੇ ਜੋ ਪਿੱਛੇ ਉਪਾਸ਼ਨਾ ਕਰਕੇ ਸ਼ਬਦ ਦੀ ਅਸੀਂ ਵਿਚਾਰ ਕੀਤੀ ਸੀ ਅੱਜ ਅਸੀਂ ਉਪਾਚੇ ਭਾਵ ਗੁਰੂ ਇਸ਼ਟ ਦੇਵ ਦੀ ਨਿਮਾਣਾ ਜਿਹਾ ਯਤਨ ਕਰਕੇ ਵਿਚਾਰ ਕਰਾਂਗੇ ਜੋ ਵੀ ਕਿਸੇ ਦਾ ਇਸ਼ਟ अथवा गुरु ਹੈ ਉਸ ਦਾ ਨਾਮ ਉਪਾਸ਼ਿਆ ਹੈ ਜੀਵ ਦੀ কল্যাণ ਹੀ ਉਪਾਸ਼ਿਆ ਤੋਂ ਹੁੰਦੀ ਹੈ ਕਿਉਂਕਿ ਜਦ ਜੀਵ ਹਿਰਦੇ ਵਿੱਚ ਸਤਿਗੁਰੂ ਜੀ ਦੀ ਇਸ ਪੰਕਤੀ ਨੂੰ ਵਿਚਾਰਦਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਾਈ ਗੋਬਿੰਦ ਪਰਮਾਤਮਾ ਦੇ ਮਿਲਣ ਦਾ ਤੇਰਾ ਇਹ ਵਕਤ ਮਾਨਸ ਜਨਮ ਤਾਂ ਇਸ ਨੂੰ ਪਰਮਾਤਮਾ ਦੇ ਮਿਲਣ ਦੀ ਇੱਛਾ ਹੁੰਦੀ ਹੈ ਤੇ ਇਹ ਉਪਾਸ਼ਕ ਰੂਪ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਪਾਸ਼ਨਾ ਕਰਦਾ ਹੈ ਯਾਨੀ ਆਪਣੀ ਮਨ ਦੀ ਬ੍ਰਿਤੀ ਉਪਾਸ਼ਯ ਦੇ ਚਰਣਾ ਨਾਲ ਜੋੜਦਾ ਹੈ ਬ੍ਰਿਤੀ ਜੁੜੇ ਤੋਂ ਬਿਨਾ ਮਨ ਦਾ ਟਿਕਾਉ ਨਹੀਂ ਹੁੰਦਾ ਮਨ ਦਾ ਸੁਭਾਅ ਬੜਾ ਚੰਚਲ ਹੈ ਜਿਵੇਂ ਰਾਮਕਲੀ ਰਾਗ ਵਿੱਚ ਪਹਿਲੇ ਪਾਦਸ਼ਾਹ ਫਰਮਾਉਂਦੇ ਹਨ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਬੀ ਜਿੜਾ ਠਿਰਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਫਿਰ ਕਬੀਰ ਸਾਹਿਬ ਜੀ ਵੀ ਆਪਣੇ ਸ਼ਲੋਕਾਂ ਵਿੱਚ ਫਰਮਾਉਂਦੇ ਹਨ ਕੰਬੀਰ ਮਨ ਪੰਖੀ ਭਇਉ ਉਡ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸੋ ਇਹ ਮਨ ਕਦੀ ਆਕਾਸ਼ ਵਿੱਚ ਕਦੀ ਪਤਾਲ ਵਿੱਚ ਚਲਾ ਜਾਂਦਾ ਹੈ ਸਥਿਰ ਨਹੀਂ ਟਿਕਦਾ ਦਸੇ ਦਿਸ਼ਾਵਾਂ ਵੱਲ ਦੌੜਨ ਦੀ ਕਰਦਾ ਹੈ ਸੋ ਇਸ ਨੂੰ ਸਥਿਰ ਕਰਨ ਲਈ ਸਦਾ ਹੀ ਉਪਾਸ਼ਯ ਦਾ ਧਿਆਨ ਕਰਨ ਦੀ ਲੋੜ ਰਹਿੰਦੀ ਹੈ ਸੋ ਜਿਤਨਾ ਚਿਰ ਜੀਵ ਆਪਣੇ ਮਨ ਦੀ ਬਿਰਤੀ ਨੂੰ ਉਪਾਸ਼ਯ ਦੇ ਚਰਨਾਂ ਨਾਲ ਨਾ ਜੋੜੇ ਉਤਨਾ ਚਿਰ ਖੇਲਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਪਰੰਤੂ ਜਦ ਮਨ ਜੁੜ ਜਾਵੇ ਤਾਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਇਹ ਜੀਵ ਮੁਕਤੀ ਦੀ ਪ੍ਰਵਾਹ ਨਹੀਂ ਕਰਦਾ ਜਿਵੇਂ ਮਾਰੂ ਸੋਲਹੇ ਵਿੱਚ ਪੰਚਮ ਪਾਤਸ਼ਾਹ ਫਰਮਾਉਂਦੇ ਹਨ ਮੁਕਤ ਬਪੜੀ ਭੀ ਗਿਆਨੀ ਤਿਆਗੇ ਮੁਕਤੀ ਤਿਆਗਦਾ ਹੋਇਆ ਫਿਰ ਉਪਾਸ਼ਯ ਦੇ ਚਰਨਾਂ ਵਿੱਚ ਆਨੰਦ ਲੈਂਦਾ ਹੈ ਤੇ ਕਹਿੰਦਾ ਹੈ ਜਿਵੇਂ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ ਕੰਬੀਰ ਸੁਰਗ ਨਰਕ ਤੇ ਮੈਂ ਰਿਉ ਸਤਗੁਰ ਤੇ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਉਨਮਾਨ ਕਹਿ ਬੀ ਕੋ ਸੁਬਾ ਨਹੀਂ ਦੇਖਾ ਹੀ ਪਰਵਾਨ ਚਰਨ ਕਮਲਾਂ ਦਾ ਆਨੰਦ ਲੈਂਦਾ ਹੋਇਆ ਉਹ ਪਾਛਿਆ ਦੇ ਵਿੱਚ ਅਪੀਦ ਹੋ ਜਾਂਦਾ ਹੈ ਜਿਵੇਂ ਗੁਰੂ ਜੀ ਬਚਿੱਤਰ ਨਾਟਕ ਵਿੱਚ ਦੱਸਦੇ ਹਨ ਹਰ ਹਰ ਜਨ ਦੁਏ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਹ ਤਾ ਤੇ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਆਪਣੇ ਉਪਾਸ਼ਿਆ ਦੇ ਚਰਨਾਂ ਨਾਲ ਮਨ ਜੋੜੇ ਤੇ ਮਨੁੱਖਾ ਜਨਮ ਦਾ ਸੱਚਾ ਲਾਭ ਪ੍ਰਾਪਤ ਕਰੇ ਇਸ ਲੇਖ ਦੀ ਸਮਾਪਤੀ ਤੇ ਵੀ ਗਿਆਨੀ ਜੀ ਇਥੇ ਝੂਲਣਾ ਛੰਦ ਬੜੇ ਪਿਆਰ ਦੀਆਂ ਪੰਕਤੀਆਂ ਲਿਖ ਰਹੇ ਹਨ ਧਿਆਨ ਦੇਣਾ ਉਹ ਲਿਖਦੇ ਹਨ ਜਿਸ ਦੇ ਚਰਨ ਲੱਗਿਆ ਸਦਾ ਮਿਲੇ ਮੁਕਤੀ ਜਿਸ ਦੇ ਚਰਨ ਲੱਗਿਆ ਸਦਾ ਮਿਲੇ ਮੁਕਤੀ ਸਰਨ ਤਿਸੇ ਦੀ ਲੈਣੀ ਹੀ ਸਿੱਖ ਜਾਈਏ ਮਨ ਵਸ ਹੋਵੇ ਜਗਤ ਜਸ ਹੋਵੇ ਮਨ ਵਸ ਹੋਵੇ ਜਗਤ ਜਸ ਹੋਵੇ ਇੰਦਰੇ ਵਸ ਹੋਵੇ ਗੁਣ ਸਿੱਖ ਜਾਈਏ ਮੰਦਾ ਆਖਣ ਨੂੰ ਸਦਾ ਹੀ ਰੁਕ ਜਾਈਏ ਮੰਦਾ ਆਖਣ ਨੂੰ ਸਦਾ ਹੀ ਰੁਕ ਜਾਈਏ ਮਨ ਨੀਵਾ ਮਦ ਉਚੜੀ ਸਿੱਖ ਜਾਈਏ ਭਗਤ ਕਰੀਏ ਉਪਾਸ਼ਯ ਦੀ ਚਰਨ ਲੱਗ ਕੇ ਅਪੇਧ ਹੋਣ ਦੀ ਰੀਤ ਇਹ ਸਿੱਖ ਜਾਈਏ ਭਗਤ ਕਰੀਏ ਉਪਾਸ਼ਯ ਦੀ ਚਰਨ ਲੱਗ ਕੇ ਅਪੇਧ ਹੋਣ ਦੀ ਰੀਤ ਇਹ ਸਿੱਖ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ